ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਸਨ। ਪੁਲਿਸ ਦੇ ਵੱਲੋਂ ਹੁਣ ਇੱਕ ਅਜਿਹੇ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਪੁਲਿਸ ਨੂੰ 3 ਸਕੂਟਰੀਆਂ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਦਰਅਸਲ ਇਸ 3 ਮੈਂਬਰੀ ਗਿਰੋਹ ਨੂੰ ਪੁਲਿਸ ਨੇ ਫੜ ਲਿਆ ਹੈ ਅਤੇ ਪੁਲਿਸ ਜਾਂਚ ਪੜਤਾਲ ਕਰਨ ਦੇ ਵਿੱਚ ਲੱਗੀ ਹੋਈ ਹੈ। ਪੁਲਿਸ ਨੂੰ ਉਮੀਦ ਹੈ ਕਿ ਇਹਨਾਂ ਤੋਂ ਕਈ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ। ਜ਼ਿਕਰ ਖਾਸ ਹੈ ਕਿ ਇਹ ਗਿਰੋਹ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੇ ਬਾਰੇਕੀ ਕਰਦਾ ਸੀ ਅਤੇ ਬਾਅਦ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਐਕਟਿਵਾ ਚੋਰ ਜਿਹੜੇ ਉਹ ਬਰਾਮਦ ਗ੍ਰਿਫਤਾਰ ਕੀਤਾ ਜੀ, ਮੁਕੱਦਮਾ ਨੰਬਰ 179 ਸੀਗਾ 2019 ਦਾ, ਉਹ ਦਰਜ ਕੀਤਾ ਜੋ ਐਕਟਿਵਾ ਚੋਰੀ ਹੋਈ ਸੀ ਉਹਦੇ ਵਿੱਚ ਦੋਸ਼ੀ ਹਕੀਰ ਸਿੰਘ ਉਰਫ ਪਿੰਟੂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਦੇ ਕੋਲੋਂ ਜਿਹੜੀ ਚੋਰੀ ਕੀਤੀ ਹੋਈ ਸੀ ਐਕਟਿਵਾ ਬਰਾਮਦ ਹੋਈ ਹੈ ਮੌਕੇ 'ਤੇ। ਉਸ ਤੋਂ ਬਾਅਦ ਜਦੋਂ ਉਹਨੂੰ ਹੋਰ ਪੁੱਛਗਿੱਛ ਕੀਤੀ ਤਾਂ ਉਹਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨੇ ਹੋਰ 2-ਵੀਲਰ ਜਿਹੜੇ ਉਹ ਚੋਰੀ ਕੀਤੇ ਨੇ, ਤਾਂ ਅਸੀਂ ਇਹਦੇ ਕੋਲੋਂ 2 ਐਕਟਿਵਾ ਹੋਰ ਅਤੇ 1 ਮੋਟਰਸਾਈਕਲ ਜਿਹੜਾ ਕਿ ਹੋਰ ਰਿਕਵਰ ਕਰ ਲਿਆ। ਹੁਣ ਬਾਕੀ ਤੋਂ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰਾਂਗੇ ਕਿ ਹੋਰ ਇਹਨਾਂ ਨੇ ਕਈ ਵਾਰਦਾਤ ਕੀਤੀਆਂ ਨੇ, ਇਹਦੇ ਵਿੱਚ ਕੋਈ ਹੋਰ ਇਹਦਾ ਦੋਸ਼ੀ ਸ਼ਾਮਿਲ ਸੀਗਾ ਜਾਂ ਨਹੀਂ ਸੀਗਾ, ਅਤੇ ਜਿਹੜੀ ਇਹ ਐਕਟਿਵਾ ਜਾਂ 2-ਵੀਲਰ ਹੋਰ ਜਿਹੜੇ ਨੇ ਚੋਰੀ ਹੋਏ ਨੇ ਇਹ ਕਿੱਥੋਂ ਕੀਤੇ ਨੇ, ਇਹਨਾਂ ਦੇ ਓਨਰਸ ਕੌਣ ਹੈ, ਉਹਨੂੰ ਅਸੀਂ ਇਨਵੈਸਟੀਗੇਸ਼ਨ ਦੌਰਾਨ ਸਾਰਾ ਇਹ ਸਾਹਮਣੇ ਲਿਆ। ਜ਼ਿਆਦਾਤਰ ਐਕਟਿਵਾ ਘਰ ਦੇ ਬਾਹਰ, ਇਹ ਕੁਛ ਦੁਕਾਨਾਂ ਅੱਗੇ, ਕੁਛ ਮਾਰਕੀਟ 'ਚ, ਇੱਕ ਦੋ ਘਰ ਦੇ ਅੱਗੇ ਵੀ ਕੀਤੀਆਂ ਨੇ। ਹੁਣ ਸਾਰਾ ਅਸੀਂ ਇਹਨਾਂ ਦੀਆਂ ਡਿਊਟੀ ਆਫਿਸ ਤੋਂ ਰਿਕਾਰਡ ਕਢਾ ਕੇ ਚੈਸੀ ਨੰਬਰ, ਕਿਉਂਕਿ ਹੋ ਸਕਦਾ ਇਹਨਾਂ ਨੇ ਨੰਬਰ ਪਲੇਟਸ ਵੀ ਗਲਤ ਲਾਈਆਂ ਹੋਣ, ਉਹ ਸਾਰਾ ਵੈਰੀਫਾਈ ਕਰਕੇ ਐਕਚੁਅਲ ਓਨਰਸ ਤੱਕ ਪਹੁੰਚ ਕੇ ਫਿਰ ਇਨਵੈਸਟੀਗੇਸ਼ਨ 'ਚ ਅਸੀਂ ਕਰਾਂਗੇ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕਰਨ ਵਿੱਚ ਲੱਗੀ ਹੋਈ ਹੈ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।